सत श्री अकाल दोस्तों, नवी वीडियो दे विच तुहाडा स्वागत करदे आं। इस वाली वीडियो दे विच आपां गल करांगे नॉर्थ फैडरेशन ते मेजर लीग दे कबड्डी कप बारे। ते दोस्त तुहानू मेजर लीग ते नॉर्थ फैडरेशन इंडिया कबड्डी फैडरेशन बारे जानकारी भी देवांगे ते किहड़े प्लेयर नॉर्थ च हन ते किहड़े प्लेयर जो मेजर लीग दे विच हन इह भी जानकारी देवांगे। वीडियो नाल तक जरूर देखियो। चैनल ते नवे आए हो तां सबसक्राइब करना ना भुल्लो। एंड दे विच तो दोस्तों, उस तो पहला आपां ये दो कबड्डी कप जो नॉर्थ फैडरेशन का हो जा रहा है तो मेजर लीग का इको दिन ही ये दो कबड्डी कप हो जा रहे हैं उसकी गल कर लेनी है। एक दिन ही जो है नॉर्थ इंडिया कबड्डी फैडरेशन के मैच भी होंगे तो जो मेजर लीग के कबड्डी फैडरेशन के भी मैच होंगे उन्होंने आप गल करांगे। जेकर दोस्तों आपां पहला नॉर्थ इंडिया कबड्डी फैडरेशन के कबड्डी कप की गल करिए तो यह 16 फरवरी करवाया जा रहा है। इत्थे दोस्तों नॉर्थ इंडिया कबड्डी फैडरेशन दे पिंड सरहाली जलंधर जिले दे विच कबड्डी कप होवेगा नॉर्थ दा। 8 जो है नॉर्थ फैडरेशन दीआं टीमां दे मैच करवाए जाणगे। जेकर दोस्तों इनामां दी गल करिए 2 लाख रुपए पहला इनाम अते दूजा इनाम 1.5 लाख रुपए जो दोस्तों इनाम होवेगा। अते दोस्तों 16 फरवरी नूं इह मैच होणगे मेन रोड जंडियाला जो है सरकारी हाई स्कूल दे विच स्कूल दे विच इत्थे मैच करवाए जाणगे। नॉर्थ दे प्लेयर तुहानू एंड दे विच नॉर्थ दे दसांगे। नॉर्थ इंडिया कबड्डी फैडरेशन विच टीमां खेडणगियां ओह वी कुछ कु टीमां बारे भी दसांगे ते प्लेयरां बारे भी एंड दे विच क्लीयर करांगे। हुण जेकर आपां मेजर लीग दे 16 फरवरी नूं ही मेजर लीग दे कबड्डी कप दी गल करिए ਉਹ ਦੋਸਤੋ ਹੋਣ ਜਾ ਰਿਹਾ ਨੂਰਪੁਰ ਚੱਠਾ 15 ਤੇ 16 ਫਰਵਰੀ ਨੂੰ। ਇਹ ਵੀ ਦੋਸਤੋ ਇੱਥੇ 16 ਫਰਵਰੀ ਨੂੰ ਮੇਜਰ ਲੀਗ ਦੀਆਂ ਚੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਜੇਕਰ ਦੋਸਤੋ ਇਨਾਮਾਂ ਦੀ ਗੱਲ ਕਰੀਏ 2.5 ਲੱਖ ਰੁਪਏ ਪਹਿਲਾ ਇਨਾਮ ਹੋਵੇਗਾ ਅਤੇ ਦੂਜਾ ਇਨਾਮ 2 ਲੱਖ ਰੁਪਏ ਹੋਵੇਗਾ। ਵੱਡੇ ਪਲੇਅਰ ਮੇਜਰ ਲੀਗ ਦੇ ਵਿੱਚ ਹੈ ਅਤੇ ਅੱਜ ਵੀ ਜੋ ਹੈ ਖੇਡਦੇ ਹਨ ਅਤੇ 16 ਫਰਵਰੀ ਨੂੰ ਵੀ ਇਸ ਕਬੱਡੀ ਕੱਪ 'ਤੇ ਖੇਡਣ ਜਾ ਰਹੇ ਹਨ। ਜੇਕਰ ਇੱਥੇ ਦੋਸਤੋ ਬੈਸਟਾਂ ਦੀ ਗੱਲ ਕਰੀਏ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਨਾਲ ਨੂਰਪੁਰ ਚੱਠਾ ਦੇ ਵਿੱਚ ਦਿੱਤਾ ਜਾਵੇਗਾ ਬੁਲਟ ਬੈਸਟਾਂ ਨੂੰ। MLK ਲਾਈਵ ਅਫੀਸ਼ੀਅਲ ਯੂਟਿਊਬ ਚੈਨਲ 'ਤੇ ਲਾਈਵ ਦਾ ਆਨੰਦ ਵੀ ਤੁਸੀਂ ਇਸ ਕਬੱਡੀ ਕੱਪ ਦਾ ਮਾਣ ਸਕਦੇ ਹੋ। ਸਾਰੇ ਕਬੱਡੀ ਕੱਪ ਹੀ MLK ਲਾਈਵ 'ਤੇ ਚੱਲਦੇ ਹਨ। ਜੇਕਰ ਦੋਸਤੋ ਟੀਮਾਂ ਦੀ ਗੱਲ ਕਰੀਏ ਜੋ ਮੇਜਰ ਲੀਗ ਦੇ ਵਿੱਚ ਖੇਡਦੀਆਂ ਹਨ ਅਤੇ ਖੇਡਦੀਆਂ ਆ ਰਹੀਆਂ ਹਨ ਜੋ ਕੁਝ ਕੁ ਟੀਮਾਂ ਬਾਰੇ ਤੁਹਾਨੂੰ ਵੈਸੇ ਤਾਂ ਕਲੀਅਰ ਹੀ ਹੋਊਗਾ ਫਿਰ ਵੀ ਮੈਂ ਦੱਸ ਦਿੰਦਾ ਕਿ ਮੇਨ ਟੀਮ ਸ਼ਾਹਕੋਟ ਲਾਇੰਸ ਦੀ ਟੀਮ ਵਧੀਆ ਪ੍ਰੋਪਰ ਟੀਮ ਬਣੀ ਹੋਈ ਹੈ। ਜਿੱਦਾਂ ਕਿ ਸੁਲਤਾਨ ਸ਼ਮਸ਼ਪੁਰ ਵਰਗੇ ਕੈਪਟਨ ਜੋ ਸੁਲਤਾਨ ਸ਼ਮਸ਼ਪੁਰ ਸੰਦੀਪ ਨੰਗਲੰਬੀਆਂ ਇਸ ਟੀਮ ਵਿੱਚ ਖੇਡਦੇ ਹਨ। ਹੋਰ ਵੀ ਵੱਡੇ ਪਲੇਅਰ ਫੂਲੇ ਸ਼ੂਸ਼ਕ ਵਰਗੇ ਸੁੱਖਾ ਬਾਜਵਾਂ ਵਰਗੇ ਪਲੇਅਰ ਖੇਡਦੇ ਹਨ। ਦੂਜੀ ਟੀਮ ਦੋਸਤੋ ਭਗਵਾਨਪੁਰ ਦੀ ਅਤੇ ਤੀਜੀ ਟੀਮ ਬੇ ਆਫ ਪਲੈਂਟੀ ਨਿਊਜ਼ੀਲੈਂਡ ਬਾਂਟੀ ਟਿੱਬਾ ਰਵੀ ਦਿਓਰਾ ਸ਼ੀਲੂ ਬਹੂ ਅਕਬਰ ਵਰਗੇ ਵੀ ਇਸ ਟੀਮ ਵਿੱਚ ਪਲੇਅਰ ਖੇਡਦੇ ਹਨ। ਹਰਿਆਣੇ ਦੇ ਪਲੇਅਰ ਵੀ ਖੇਡਦੇ ਆ ਰਹੇ ਹਨ। NRI ਨਕੋਦਰ ਮੰਗੀ ਉਸਤਾਦ ਅਤੇ ਜੱਗੇ ਚਿੱਟੀ ਦੀ ਟੀਮ ਵੀ MLK ਵਿੱਚ ਖੇਡਦੀ ਹੈ ਅਤੇ ਗੁਰਦਾਸਪੁਰ ਲਾਇਨਸ ਦਾ ਦੀਪ ਦਬੌਰਜੀ ਕੁਲਦੀਪ ਸ਼ਿਕਾਰ ਮਾਸ਼ੀਆਂ ਸੱਭਾ ਕਲਾਨੌਰ ਅਮਨ ਸੁਨਿਆਰੇ ਵਰਗੇ ਇਸ ਟੀਮ ਵਿੱਚ ਪਲੇਅਰ ਖੇਡਦੇ ਨੇ। ਅਤੇ ਹੁਣ ਜੇਕਰ ਆਪਾਂ ਦੋਸਤੋ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਜੋ ਟੀਮਾਂ ਹਨ ਉਹਨਾਂ ਦੀ ਗੱਲ ਕਰੀਏ ਜੋ ਇੰਡੀਆ ਫੈਡਰੇਸ਼ਨ ਵਿੱਚ ਨੌਰਥ ਵਿੱਚ ਖੇਡਦੀਆਂ ਹਨ ਪਹਿਲੀ ਟੀਮ ਸਰਹਾਲਾ ਰਣੂਆ ਦੀ ਟੀਮ ਅਤੇ ਪਾਲਾ ਜਲਾਲਪੁਰ ਕੈਪਟਨ ਅਤੇ ਦੁੱਲੇ ਵਰਗੇ ਪਲੇਅਰ ਹੁੰਦੇ ਹਨ। ਅਤੇ ਦੂਜੀ ਟੀਮ ਦੋਸਤੋ ਜੋ ਹੈ ਰੋਇਲ ਕਿੰਗ USA ਦੀ ਟੀਮ ਗੱਗੀ ਖੀਰਾਂਵਾਲ ਫਰਿਆਜ਼ ਸ਼ਕਰਪੁਰ ਇੰਦਰਜੀਤ ਕਲਸੀਆਂ ਵਰਗੇ ਪਲੇਅਰ ਇਸ ਟੀਮ ਵਿੱਚ ਵੀ ਖੇਡਦੇ ਹਨ। ਤੀਜੀ ਟੀਮ ਦੋਸਤੋ ਜੋ ਹੈ ਮੋਨੂ ਕੋਟਭਾਈ ਅੰਬੂਕਾਲ ਕਲਾਂ ਵਰਗੇ ਪਲੇਅਰ ਉਸ ਟੀਮ ਵਿੱਚ ਖੇਡਦੇ। ਅਤੇ ਦੋਸਤੋ ਯਾਦੇ ਸੁਰਖਪੁਰ ਅਤੇ ਯੋਧੇ ਸੁਰਖਪੁਰ ਦੀ ਟੀਮ ਸੁਰਖਪੁਰ ਦੀ ਨਾਂ 'ਤੇ ਬਣੀ ਹੋਈ ਹੈ। ਉਹ ਟੀਮ ਵੀ ਦੋਸਤੋ ਨੌਰਥ ਫੈਡਰੇਸ਼ਨ ਵਿੱਚ ਜੋ ਰਨ ਕਰਦੀ ਹੈ ਖੇਡਦੀ ਹੈ ਅਤੇ ਖੇਡਦੀ ਆ ਰਹੀ ਹੈ। ਅਤੇ ਦੋਸਤੋ ਹੋਰ ਵੀ ਵੱਡੇ ਪਲੇਅਰ ਜਿੱਦਾਂ ਕਿ ਨਿੰਦੀ ਬੇਨੜਾ ਮਨਦੀਪ ਬੇਨੜਾ ਦਿਓਲ ਵਰਗੇ ਜੋ ਹੈ ਜੋਤੇ ਮਹਿਮਦ ਵਰਗੇ ਖੇਡਦੇ ਹਨ। ਬਾਕੀ ਦੋਸਤੋ ਇਹ ਸੀ ਵੀਡੀਓ। ਲਾਈਕ ਨਹੀਂ ਕੀਤਾ ਵੀਡੀਓ ਨੂੰ ਜ਼ਰੂਰ ਲਾਈਕ ਵੀ ਕਰ ਦਿਓ ਅਤੇ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ। ਮਿਲਦੇ ਆਪਾਂ ਨਵੀਂ ਵੀਡੀਓ ਕਿਸੇ ਹੋਰ ਨਵੇਂ ਕਬੱਡੀ ਕੱਪ ਦੀ ਜਾਣਕਾਰੀ ਲੈ ਕੇ। ਧੰਨਵਾਦ।